ਕਮਾਈ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅਤੇ ਆਪਾਂ ਦੁਪਹਿਰ ਦੀ ਨੀਂਦ ਪੂਰੀ ਕਰਕੇ ਮੋਟਰ 'ਤੇ ਪਹੁੰਚ ਚੁੱਕੇ ਹਾਂ। ਅੱਧ ਸੁੱਤੇ ਜੇ ਅਤੇ ਅੱਜ ਆਪਾਂ ਸਕੂਟਰ ਕੱਢ ਲਿਆਂਦਾ ਅਤੇ ਬਾਈ ਜੀ ਹੁਣੀ ਸਟਾਰਟ ਕਰਕੇ ਦੇਖਣਗੇ। ਚਲੋ ਬਾਈ ਜੀ ਕਰ ਦਿਓ ਸਟਾਰਟ, ਐਂ ਮਾਰਦੇ ਚਲੋ। ਇਹ ਕਿੰਨੇ ਟਾਈਮ ਦਾ ਖੜਾ ਸੀ ਜੀ ਨਾ, ਕਰੰਟ ਵਾਲੀ ਡੱਬੀ ਖਰਾਬ ਸੀਗੀ, ਅੱਜ ਪਵਾ ਕੇ ਫਿਰ ਕੱਢਿਆ। ਮਾਰਦੇ ਹੁਣ ਬਾਈ ਉੱਤੇ ਗੇੜਾ ਲਾਇਆ, ਹੌਲੀ ਜਾਈ, ਮੂਹਰੇ ਬ੍ਰੇਕ ਨੇ ਪਿਛਲਾ ਵੈਸੇ ਇਹਨੂੰ ਬ੍ਰੇਕਾਂ ਦਾ ਵੀ ਨਹੀਂ ਪਤਾ, ਪਹਿਲੀ ਵਾਰ ਚਲਾਉਣ ਲੱਗਿਆ। ਤੈਨੂੰ ਕਿਹਾ ਵੀ ਇਹ ਤੋਂ ਨਹੀਂ ਚੱਲਣਾ, ਕਲੱਚ ਦੱਬੇ ਤੇ ਵੀ ਭੱਜਿਆ ਜਾਂਦਾ, ਇਹ ਕਲੱਚ ਵੀ ਸੈੱਟ ਕਰਾਉਣ ਵਾਲਾ। ਫਿਰ ਕਈ ਜਗ੍ਹਾ ਤੇ ਨਾ ਸਪਰੇ ਮਾਰਨ ਵਾਲੀ ਆ, ਇਹਦੇ ਪਿੱਛੇ ਜਗਾੜ ਜਿਹਾ ਲੱਗਿਆ ਸੀ, ਉਹ ਲਾਤਾ ਉਹ ਬੱਸ ਕਰ ਰਿਹਾ ਉਈ ਰੇਤ ਦੇਈ ਆ ਨਾ, ਪਿੱਛੇ ਇਹਦੇ ਜਗਾੜ ਜਿਹਾ ਲੱਗਿਆ ਸੀ ਉਹ ਲਾਤਾ, ਅਤੇ ਸਲਾਂਸਰ 'ਤੇ ਟੱਕ ਲੱਗਿਆ ਹੋਇਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ। ਅਤੇ ਚਲੋ ਜੀ ਬਾਈ ਜੀ ਵਧੋ ਗਾਹਾਂ ਨੂੰ, ਉਹ ਥੱਲੇ ਵਿੱਚ ਉਹ ਨੇ ਇਹਦੇ ਉੱਥੇ ਆ ਬ੍ਰੇਕ, ਬਹੁਤ ਜ਼ੋਰ ਨਾਲ ਲਾਉਣਾ ਪੈਂਦਾ ਤਾਂ ਲੱਗਦਾ, ਅਤੇ ਮੂਹਰੇ ਇਹਦੇ ਟੇਪ ਕਰਾ ਦੀ, ਨੰਬਰ ਪਲੇਟ ਨੰਬਰ ਲਿਖਾ ਤਾ ਸੀ ਇਹਦਾ, ਕਰ ਲਿਆ ਬੰਦ। ਅਤੇ ਮੇਰੇ ਭਰਾ ਦਾ ਨਾਮ ਲਿਖਿਆ ਸੀਗਾ ਬਾਈ ਜੀ ਹੁਣਾਂ ਦਾ, ਦਿਆਜੀਤ ਲਿਖਿਆ ਹੋਇਆ ਸੀਗਾ, ਪਿੱਛੇ ਵਾਲਾ ਜੀਤ ਲਾਤਾ, ਮੂਹਰੇ ਵਾਲਾ ਦਿਆ ਰਹਿ ਗਿਆ। ਉਹ ਰਹਿਣ ਦੇ, ਤੂੰ ਉਬਰ ਕਰ ਦੇਣਾ, ਰਹਿਣ ਦੇ ਛੱਡ ਪਰੇ ਰਹਿਣ ਦੇ। ਅਤੇ ਨੰਬਰ ਆਪਾਂ ਲਿਖਾ ਤਾ ਸੀ, ਅਤੇ ਬਾਕੀ ਟੇਪ ਟੂਪ ਆਪਾਂ ਕਰਾਈ ਨਹੀਂ ਸੀ ਕਿਉਂਕਿ ਇੱਕ ਵਾਰੀ ਸਾਰੇ 'ਤੇ ਰੇਗਮਰ ਮਾਰ ਕੇ ਹੈ ਨਾ, ਫਿਰ ਰੰਗ ਮਾਰ ਕੇ ਫਿਰ ਟੇਪ ਕਰਾਵਾਂਗੇ। ਆਪਦੇ ਕਿਤੇ ਕਿਤੇ ਉਹ ਪਿਆ ਹੋਇਆ ਨਿਸ਼ਾਨ ਜੇ ਪਏ ਹੋਏ ਨੇ, ਜਿਵੇਂ ਕਿਤੇ ਟੱਕ ਲੱਗਿਆ ਹੋਵੇ ਕਿਤੇ ਹੋਰ। ਅਤੇ ਦੇਖੀ ਸੈਟਰਾਂ ਲਈ ਗਿਆ ਗਿਆ ਗਿਆ, ਲੈ ਮੈਂ ਵੀ ਨਹੀਂ ਚੱਕਣਾ। ਆਏ ਉਹ ਫੋਟੋ ਕਿੰਨੀ ਘੈਂਟ ਆਉਂਦੀ ਹੈ ਤੇਰੀ, ਹੋਂ ਲੱਗੇ ਬਾਬੇ ਬਾਹਲੀ ਘੈਂਟ ਆਉਂਦੀ ਹੈ। ਚੱਕੇ ਚਲ ਦੇਖੋ ਜੀ, ਝੋਨੇ 'ਚ ਵੀ ਗੋਲੀ ਪੈ ਗਈ, ਗੋਲੀ ਵੀ ਪੈ ਗਈ, ਅਤੇ ਹਲਦੀ ਰੋਗ ਜਿਹਾ ਹੁੰਦਾ ਉਹ ਵੀ ਲੱਗ ਗਿਆ, ਮੀਂਹ ਕਰਕੇ ਲੱਗ ਗਿਆ। ਝੋਟਾ ਕੜਾ ਅਤੇ ਮੋਟਰ ਮਿੱਤਰਾਂ ਦੀ ਲਾਓ ਜੀ, ਬਾਈ ਜੀ ਹੁਣੀ ਲੱਗ ਗਏ ਚਲਾਉਣ, ਉਹ ਸਿੱਖ ਗਿਆ, ਸਿੱਖ ਗਿਆ ਮੁੰਡਾ, ਮੈਂ ਗੇਅਰ ਨਹੀਂ ਪਾਉਣੇ ਉਹਦੇ, ਲੈ ਉਹ ਰੋਕ ਲਾ, ਲੈ ਜਾ ਮੈਨੂੰ ਪਾ ਲਿਆ, ਉਹ ਪਾ ਲਿਆ ਗੇਅਰ, ਆਉਂਦਾ ਗੇਅਰ ਪਾਉਣਾ ਬੰਦ ਨਹੀਂ ਕਰਦਾ, ਗੇਅਰ ਕੱਢਦਾ ਬਹੁਤ ਔਖਾ ਹੈ, ਸੌਖਾ ਜਾ ਲੈ ਜਾ ਪਿੰਡ ਤੱਕ, ਪਿੱਛੇ ਬਿਠਾ ਲਾ ਮੈਨੂੰ। ਲਓ ਜੀ ਚਲੋ ਜੀ, ਇਹਦੇ ਬ੍ਰੇਕ ਪੈਰਾਂ 'ਚ ਔਖੇ ਲੱਗਦੇ ਆ ਜੀ, ਦੇ ਨਹੀਂ ਬੋਲ ਨਹੀਂ ਬਰੇ, ਆਪਾਂ ਫੂਕਾ ਬੜੀ ਦੇ ਤਾਂ ਸੀ। ਲਓ ਜੀ ਬਾਹਰ ਚੈੱਕ, ਬਾਈ ਜੀ ਹੁਣੀ ਕਹਿੰਦੇ ਕਹਿੰਦੇ ਟੇਢਾ ਜਾਂਦਾ ਸਕੂਟਰ, ਕਿੱਧਰ ਜਾਂਦਾ ਸਕੂਟਰ, ਟੇਢਾ ਹੀ ਤੈਨੂੰ ਪਹਿਲਾਂ ਕਿਹਾ ਵੀ ਚੱਲਦਾ ਔਖਾ ਹੁੰਦਾ ਏ। ਅਸੀਂ ਹੁਣ ਦੂਜਾ ਵੀ ਆ ਗਿਆ, ਇਹ ਬਾਈ ਨੇ ਆਪਣੀ ਫੁੱਲ ਰੀਸ ਕੀਤੀ ਆ ਰੰਗ ਰੁੰਗ ਵਾਲੇ ਮਾਮਲੇ 'ਚ, ਇਹਦੇ 'ਚ ਨੰਬਰ ਪਲੇਟ ਹੈ ਨਹੀਂ ਪਰ ਆਪਣੇ ਵਾਲੇ 'ਚ ਹੈਗੀ ਹੈ ਕਾਲੀ, ਮੇਰੇ ਹਿਸਾਬ ਨਾਲ ਗਲੋਸਰੀ ਰੰਗ ਹਜੇ ਠੀਕ ਲੱਗਦਾ ਮੈਟ ਨਾਲੋਂ। ਮਨੀ ਬਾਈ ਜੀ ਆਪਣੇ ਕੀ ਖਿਆਲ ਨੇ, ਕੱਪੜਾ ਬੰਨਿਆ ਹੋਇਆ ਸੀਗਾ ਜੀ ਢੋਲਕੀ 'ਤੇ,
ਜੋ ਕਿ ਜਲ ਚੁੱਕਿਆ।